ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਦੋਸਤੋ ਜਿਸ ਵਿਸ਼ੇ ਤੇ ਗੱਲ ਕਰਨ ਲੱਗੇ ਆ ਉਹ ਹੈ ਜਮਜਮਾ ਤੋਪ, ਜਿਹਨੂੰ ਭੰਗੀਆਂ ਵਾਲੀ ਤੋਪ ਵੀ ਆਖਿਆ ਜਾਂਦਾ ਹੈ। 1757 ਈਸਵੀ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਦਾ ਵਜ਼ੀਰ ਸੀ ਜਿਹੜਾ ਸ਼ਾਹ ਵਲੀ ਖਾਂ, ਉਹਨੇ ਲਾਹੌਰ ਦੇ ਇੱਕ ਬੜੇ ਹੀ ਪ੍ਰਸਿੱਧ ਕਾਰੀਗਰ ਸ਼ਾਹ ਨਜ਼ੀਰ ਨੂੰ ਦੋ ਤੋਪਾਂ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ, ਜਿਹੜੀਆਂ ਉਸ ਵਕਤ ਦੀਆਂ ਸਭ ਤੋਂ ਵੱਡੀਆਂ ਤੋਪਾਂ ਸਨ ਇਸ ਬੈਲਟ ਦੇ ਵਿੱਚ। ਇਹਨਾਂ ਨੂੰ ਬਣਾਉਣ ਦੇ ਲਈ ਜਿਹੜਾ ਤਾਂਬਾ ਤੇ ਪਿੱਤਲ ਸੀ ਉਹ ਮੰਨਿਆ ਜਾਂਦਾ ਹੈ ਕਿ ਲਾਹੌਰ ਸ਼ਹਿਰ ਦੇ ਵਸਨੀਕਾਂ ਦੇ ਕੋਲੋਂ ਉਗਰਾਇਆ ਗਿਆ, ਉਹਨਾਂ ਦੇ ਘਰਾਂ ਦੇ ਵਿੱਚੋਂ ਬਰਤਨ ਤੱਕ ਇਕੱਠੇ ਕੀਤੇ ਗਏ ਤੇ ਇਹ ਦੋ ਤੋਪਾਂ ਜਿਹੜੀਆਂ ਤਿਆਰ ਹੋਈਆਂ ਸਨ। ਇਹਨਾਂ ਦੀ ਜਿਹੜੀ ਲੰਬਾਈ ਸੀਗੀ ਅੰਦਾਜ਼ਨ, ਜਿਹੜੀ ਇਹ ਜਮਜਮਾ ਤੋਪ ਅੱਜ ਸਾਨੂੰ ਮਿਲਦੀ ਹੈ, 14.5 ਫੁੱਟ ਦੇ ਕਰੀਬ ਇਹਦੀ ਲੰਬਾਈ ਹੈ, ਜਿਹੜੀ 14 ਫੁੱਟ ਤੇ 4.5 ਇੰਚ ਇਹਦੀ ਲੰਬਾਈ ਹੈ। ਇਹਦੇ ਨਾਲ ਹੀ ਜਿਹੜੀ ਇਹਦੀ ਬੈਰਲ ਹੈ ਉਹ ਵੀ ਤਕਰੀਬਨ 9.5 ਇੰਚ ਚੌੜੀ ਹੈ। ਇਹਦੇ ਉੱਤੇ ਬਹੁਤ ਸੋਹਣੇ ਫੁੱਲ ਵੇਲ ਬੂਟੇ ਬਣੇ ਹੋਏ ਆ। ਬਣਾਉਣ ਵਾਲੇ ਦਾ, ਬਣਵਾਉਣ ਵਾਲੇ ਦਾ ਤੇ ਬਣਨ ਦੀ ਤਰੀਕ, ਇਹ ਫਾਰਸੀ ਦੇ ਵਿੱਚ ਇਸ ਤੋਪ ਦੇ ਉੱਪਰ ਉੱਕਰੇ ਹੋਏ ਨੇ। ਇਸ ਤੋਪ ਦੀ ਪਹਿਲੀ ਵਾਰ ਵਰਤੋਂ 1761 ਈਸਵੀ ਦੇ ਵਿੱਚ ਪਾਣੀਪਤ ਦੀ ਜੰਗ ਦੇ ਵਿੱਚ ਕੀਤੀ ਜਾਂਦੀ ਹੈ। ਇਸ ਤੋਪ ਨੇ ਉੱਥੇ ਆਪਣੇ ਜ਼ੋਰ ਦਿਖਾਏ, ਮਰਾਠਿਆਂ ਦੇ ਵਿਰੁੱਧ ਮਰਾਠਿਆਂ ਦਾ ਲੱਕ ਬੰਨਿਆ ਗਿਆ ਸੀ, ਸਭ ਨੂੰ ਪਤਾ ਹੈ ਉਸ ਇਤਿਹਾਸ ਦੇ ਬਾਰੇ। ਅਹਿਮਦ ਸ਼ਾਹ ਅਬਦਾਲੀ ਜਦੋਂ ਵਾਪਸ ਲਾਹੌਰ ਆਇਆ ਤੇ ਉਹਨੇ ਇੱਕ ਤੋਪ ਸੀਗੀ ਜਿਹੜੀ ਇਹ ਜਿਹੜਾ ਉਹਦਾ ਲਾਹੌਰ ਦਾ ਸਿੱਪਾ ਸਲਾਰ ਗਵਰਨਰ ਉਹਨੇ ਉਦੋਂ ਮੁਕਰਰ ਕੀਤਾ ਹੈ ਖਵਾਜ਼ਾ ਉਬੇਦ ਖਾਂ, ਉਹਦੀ ਸਪੁਰਦਗੀ ਚ ਕਰ ਦਿੱਤੀ ਤੇ ਦੂਸਰੀ ਤੋਪ ਉਹ ਆਪਣੇ ਨਾਲ ਲੈ ਕੇ ਤੁਰ ਪਿਆ ਕਾਬਲ ਵੱਲ ਨੂੰ। ਪਰ ਉਹ ਰਸਤੇ ਦੇ ਵਿੱਚ ਦਰਿਆਏ ਚਨਾਬ ਦੇ ਅੰਦਰ ਹੀ ਖੁਰਦ ਬੁਰਦ ਹੋ ਗਈ। 1762 ਈਸਵੀ ਦੇ ਵਿੱਚ ਸਰਦਾਰ ਹਰੀ ਸਿੰਘ ਭੰਗੀ ਜੀ ਨੇ, ਜਿਹੜੇ ਭੰਗੀ ਮਿਸਲ ਵਾਲੇ ਸੀਗੇ, ਉਹਨਾਂ ਨੇ ਲਾਹੌਰ ਤੇ ਹਮਲਾ ਕੀਤਾ। ਖਵਾਜ਼ਾ ਉਬੇਦ ਖਾਂ ਦਾ ਮੁਕਾਬਲਾ ਉਹਨਾਂ ਦੇ ਨਾਲ ਖਵਾਜ਼ਾ ਸੈਯਦ ਪਿੰਡ ਹੈ ਜਿਹੜਾ 3.5 ਕਿਲੋਮੀਟਰ ਦੇ ਕਰੀਬ ਸੀ ਲਾਹੌਰ ਤੋਂ, ਅੱਜ ਕੱਲ੍ਹ ਤੇ ਉਹਦੇ ਵਿੱਚ ਜਜ਼ਬ ਹੋ ਚੁੱਕਾ ਹੈ, ਉਸ ਜਗ੍ਹਾ ਦੇ ਉੱਤੇ ਹੁੰਦਾ ਹੈ। ਇੱਥੇ ਹੀ ਉਹਦਾ ਅਸਲਾ ਖਾਨਾ ਵੀ ਸੀ। ਸਰਦਾਰ ਹਰੀ ਸਿੰਘ ਭੰਗੀ ਨੇ ਖਵਾਜ਼ਾ ਉਬੇਦ ਖਾਂ ਨੂੰ ਹਰਾਇਆ, ਉਹਦੇ ਅਸਲੇ ਖਾਨੇ ਤੇ ਕਬਜ਼ਾ ਕੀਤਾ ਤੇ ਇਹ ਜਿਹੜੀ ਤੋਪ ਸੀਗੀ ਜਮਜਮਾ ਤੋਪ ਇਹ ਹਰੀ ਸਿੰਘ ਭੰਗੀ ਦੇ ਕਬਜ਼ੇ ਦੇ ਵਿੱਚ ਆ ਗਈ। ਇੱਥੋਂ ਹੀ ਇਹਦਾ ਨਾਂ ਭੰਗੀਆਂ ਵਾਲੀ ਤੋਪ ਪੈਂਦਾ ਹੈ। ਵੈਸੇ ਫਿਰ 2 ਸਾਲ ਇਹ ਲਾਹੌਰ ਦੇ ਸ਼ਾਹੀ ਬੁਰਜ ਦੇ ਬਾਹਰ ਪਈ ਰਹੀ ਹੈ। 1764 ਈਸਵੀ ਦੇ ਵਿੱਚ ਜਦੋਂ ਦੁਬਾਰਾ ਫੇਰ ਸਰਦਾਰ ਲਹਿਣਾ ਸਿੰਘ ਤੇ ਗੁੱਜਰ ਸਿੰਘ ਭੰਗੀ ਨੇ ਲਾਹੌਰ ਦੇ ਉੱਤੇ ਕਬਜ਼ਾ ਕੀਤਾ ਤੇ ਇਹ ਤੋਪ ਉਹਨਾਂ ਦੇ ਕਬਜ਼ੇ ਦੇ ਵਿੱਚ ਦੁਬਾਰਾ ਆ ਗਈ। ਇਸੇ ਸਮੇਂ ਦੇ ਵਿੱਚ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ ਉਹਨਾਂ ਨੂੰ ਮਿਲਣ ਦੇ ਲਈ ਆਇਆ ਤੇ ਗੱਲੀ ਬਾਤੀ ਉਹਨਾਂ ਨੂੰ ਆਖਿਆ ਵੀ ਲਾਹੌਰ ਦੇ ਮੁਕਾਮ ਤੇ ਤੁਸੀਂ ਕਬਜ਼ਾ ਕੀਤਾ ਹੈ, ਮੇਰੇ ਲਾਗੇ ਵੀ ਹੋ ਤੇ ਮੇਰਾ ਵੀ ਕੁਝ ਹਿੱਸਾ ਬਣਦਾ। ਉਹਨਾਂ ਨੇ ਹਿੱਸੇ ਵਜੋਂ ਜਿਹੜੀ ਜਮਜਮਾ ਤੋਪ ਸੀਗੀ ਉਹ ਸਰਦਾਰ ਚੜ੍ਹਤ ਸਿੰਘ ਨੂੰ ਸੌਂਪ ਦਿੱਤੀ ਕਿ ਚਲੋ ਤੁਸੀਂ ਇਹ ਤੋਪ ਲੈ ਜਾਓ। ਸਰਦਾਰ ਚੜ੍ਹਤ ਸਿੰਘ ਉਸ ਤੋਪ ਨੂੰ ਲੈ ਆਇਆ। ਸਰਦਾਰ ਚੜ੍ਹਤ ਸਿੰਘ ਦੇ ਕੋਲੋਂ ਅੱਗੇ ਜਿਹੜੀ ਉਹ ਤੋਪ ਸੀਗੀ ਉਹ ਜਿਹੜੇ ਪਖਤੂਨ ਭਰਾ ਸੀਗੇ ਚੱਠਿਆਂ ਦੇ ਵਿੱਚੋਂ ਅਹਿਮਦ ਖਾਂ ਤੇ ਪੀਰ ਮੁਹੰਮਦ ਖਾਂ ਉਹਨਾਂ ਨੇ ਖੋ ਲਈ। ਪਰ ਇਹ ਤੋਪ ਉਲਟਾ ਉਹਨਾਂ ਦੋਨਾਂ ਦੇ ਵਿਚਕਾਰ ਝਗੜੇ ਦਾ ਕਾਰਨ ਬਣ ਗਈ। ਜਦੋਂ ਉਹਨਾਂ ਦੇ ਵਿਚਕਾਰ ਝਗੜਾ ਕਾਫੀ ਵੱਧ ਗਿਆ ਤੇ ਪੀਰ ਮੁਹੰਮਦ ਨੇ ਆਪਣੀ ਮਦਦ ਦੇ ਉੱਤੇ ਸਰਦਾਰ ਗੁੱਜਰ ਸਿੰਘ ਭੰਗੀ ਨੂੰ ਬੁਲਾ ਲਿਆ। ਇਹ ਜੰਗ ਹੋਈ। ਇੱਕ ਦਿਨ ਤੇ ਇੱਕ ਰਾਤ ਦੇ ਵਿੱਚ ਗੁੱਜਰ ਸਿੰਘ ਭੰਗੀ ਨੇ ਇੰਨਾ ਕੁ ਨਪੀੜ ਦਿੱਤਾ ਅਹਿਮਦ ਖਾਂ ਨੂੰ, ਉਹਨੂੰ ਹਥਿਆਰ ਸੁੱਟਣੇ ਪਏ। ਇਸ ਲੜਾਈ ਦੇ ਵਿੱਚ ਅਹਿਮਦ ਖਾਂ ਦੇ ਆਪਣੇ 2 ਪੁੱਤਰ ਮਰੇ, ਪੀਰ ਮੁਹੰਮਦ ਦਾ ਆਪਣਾ 1 ਪੁੱਤਰ ਮਰਿਆ। ਗੁੱਜਰ ਸਿੰਘ ਭੰਗੀ ਨੇ ਅਵਜਾਨੇ ਦੇ ਤੌਰ ਦੇ ਉੱਤੇ ਤੋਪ ਸੀ ਜਿਹੜੀ ਇਹ ਜਮਜਮਾ ਉਹ ਵਾਪਸ ਲੈ ਲਈ ਇਹਨਾਂ ਦੇ ਕੋਲੋਂ। 2 ਸਾਲ ਜਿਹੜੀ ਇਹ ਤੋਪ ਹੈ ਉਹ ਗੁਜਰਾਤ ਦੇ ਵਿੱਚ ਪਈ ਰਹੀ ਹੈ। ਇਸੇ ਸਮੇਂ ਦੇ ਵਿੱਚ ਭੰਗੀਆਂ ਦੀ ਤੇ ਸ਼ੁਕਰ ਚੱਕੀਆਂ ਦੀ ਵੀ ਆਪਸ ਦੇ ਵਿੱਚ ਥੋੜੀ ਬਹੁਤੀ ਖੜਕੀ। ਉਹਦੇ ਵਿੱਚ ਇਹ ਤੋਪ ਦੁਬਾਰਾ ਫਿਰ ਸ਼ੁਕਰ ਚੱਕੀਆਂ ਦੇ ਕੋਲ ਆ ਗਈ, ਸਰਦਾਰ ਚੜ੍ਹਤ ਸਿੰਘ ਦੇ ਕੋਲੇ।
ਸਰਦਾਰ ਚੜ੍ਹਤ ਸਿੰਘ ਦੇ ਨਾਲ ਰਾਮਨਗਰ ਵਾਲੇ ਜਿਹੜੇ ਚੱਠੇ ਸੀਗੇ, ਜਿਨ੍ਹਾਂ ਦੇ ਬਾਰੇ ਪੰਜਾਬੀ ਚ ਅਖਾਣ ਵੀ ਬਣਿਆ ਹੋਇਆ, ਚੱਠੇ ਖਾਣ ਪੀਣ ਨੂੰ ਵੱਖੋ ਵੱਖਰੇ, ਲੜਨ ਭਿੜਨ ਨੂੰ ਇਕੱਠੇ, ਉਹਨਾਂ ਦੇ ਨਾਲ ਕਾਫੀ ਸ਼ੁਕਰ ਚੱਕੀਆਂ ਦਾ ਆਪਸ ਦੇ ਵਿੱਚ ਲਾਗ ਡਾਟ ਚੱਲਦੀ ਰਹੀ ਹੈ, ਡੰਡਾ ਖੜਕਦਾ ਰਿਹਾ। ਉਹਨਾਂ ਨੇ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਏ ਦੇ ਕੋਲੋਂ ਇਹ ਤੋਪ ਖੋਹ ਲਈ, ਰਾਮਨਗਰ ਦੇ ਅੰਦਰ ਉਹਨਾਂ ਨੇ ਰੱਖੀ ਇਹ ਤੋਪ। ਸਰਦਾਰ ਝੰਡਾ ਸਿੰਘ ਭੰਗੀ ਸੀਗਾ ਜਿਹੜਾ, ਉਹਨੇ 1773 ਈਸਵੀ ਦੇ ਵਿੱਚ ਇਹ ਰਾਮਨਗਰ ਦੇ ਉੱਤੇ ਹਮਲਾ ਕੀਤਾ ਤੇ ਚੱਠਿਆਂ ਨੂੰ ਬੜੀ ਕਰਾਰੀ ਹਾਰ ਦਿੱਤੀ, ਤੇ ਉਸ ਹਾਰ ਦੇ ਮਾਰੇ ਹੋਏ ਚੱਠਿਆਂ ਨੇ ਆਪਣੇ ਹਥਿਆਰ ਸਨ ਜਿਹੜੇ ਉਹ ਸਰਦਾਰ ਝੰਡਾ ਸਿੰਘ ਭੰਗੀ ਦੇ ਸਾਹਮਣੇ ਸੁੱਟ ਦਿੱਤੇ ਸਨ, ਤੇ ਉਹਨੇ ਇਹ ਜਿਹੜੀ ਤੋਪ ਸੀ ਇਹਨਾਂ ਦੇ ਕੋਲੋਂ ਲੈ ਲਈ, ਤੇ ਇਹ ਤੋਪ ਉਹ ਅੰਮ੍ਰਿਤਸਰ ਸਾਹਿਬ ਲੈ ਆਇਆ ਸੀਗਾ। ਇੱਥੋਂ ਤੇ ਇਹਦਾ ਪੱਕਾ ਨਾਮ ਹੀ ਭੰਗੀਆਂ ਵਾਲੀ ਤੋਪ ਹੁਣ ਪੈ ਗਿਆ ਸੀਗਾ। 1802 ਈਸਵੀ ਦੇ ਵਿੱਚ ਇਹ ਜਿਹੜੀ ਤੋਪ ਹੈ ਉਹ ਜਦੋਂ ਮਹਾਰਾਜਾ ਰਣਜੀਤ ਸਿੰਘ ਅੰਮ੍ਰਿਤਸਰ ਸ਼ਹਿਰ ਦੇ ਉੱਪਰ ਕਾਬਜ਼ ਹੁੰਦਾ ਹੈ, ਤੇ ਉਹ ਜਿਹੜੀ ਸਰਦਾਰ ਗੁਲਾਬ ਸਿੰਘ ਭੰਗੀ ਦੇ ਘਰ ਵਾਲੀ ਸੀਗੀ, ਵਿਧਵਾ ਸੀਗੀ ਬੀਬੀ, ਉਹਦੇ ਕੋਲੋਂ ਉਹ ਇਹ ਤੋਪ ਹੈ ਜਿਹੜੀ ਉਹ ਹਾਸਲ ਕਰ ਲੈਂਦਾ। ਇਹ ਤੋਪ ਦੀ ਵਰਤੋਂ ਖਾਲਸਾ ਫੌਜਾਂ ਨੇ ਵਜ਼ੀਰਾਬਾਦ, ਕਸੂਰ, ਡਸਕਾ ਤੇ ਮੁਲਤਾਨ ਦੀਆਂ ਜੰਗਾਂ ਦੇ ਵਿੱਚ ਕੀਤੀ ਹੈ। ਮੁਲਤਾਨ ਦੀ ਜੰਗ ਦੇ ਵਿੱਚ ਇਹ ਆਖਰੀ ਵਾਰੀ ਤੋਪ ਵਰਤੀ ਜਾਂਦੀ ਹੈ, ਉਹਦੇ 'ਚ ਕੁਛ ਨੁਕਸਾਨੀ ਵੀ ਗਈ ਸੀ, ਤੇ ਉਦੋਂ ਬਾਅਦ ਦੇ ਵਿੱਚ ਇਹਨੂੰ ਲਾਹੌਰ ਦਿੱਲੀ ਗੇਟ ਦੇ ਉੱਤੇ ਲਿਆ ਕੇ ਰੱਖ ਦਿੱਤਾ ਗਿਆ ਸੀਗਾ। 1860 ਈਸਵੀ ਤੱਕ ਇਹ ਦਿੱਲੀ ਗੇਟ ਦੇ ਉੱਤੇ ਪਈ ਰਹੀ ਹੈ। ਫਿਰ ਇਹਨੂੰ ਵਜ਼ੀਰ ਖਾਂ ਦਾ ਜਿਹੜਾ ਬਾਗ ਸੀਗਾ ਉੱਥੇ ਉਹਦੀ ਬਰਾਂਦਰੀ ਦੇ ਵਿੱਚ ਵੀ ਕੁਝ ਸਮੇਂ ਦੇ ਲਈ ਰੱਖਿਆ ਗਿਆ, ਤੇ 1977 ਤੋਂ ਤਕਰੀਬਨ ਇਹ ਜਿਹੜੀ ਤੋਪ ਹੈ ਉਹ ਲਾਹੌਰ ਦਾ ਜਿਹੜਾ ਮਿਊਜ਼ੀਅਮ ਹੈ ਉਹਦੇ ਬਾਹਰ ਪਈ ਹੋਈ ਹੈ, ਤੇ ਆਪਣੀ ਸ਼ਾਨਾਮਤੀ ਇਤਿਹਾਸ ਨੂੰ ਇਹ ਅੱਜ ਵੀ ਬਿਆਨ ਕਰਦੀ ਹੈ। ਦੋਨੇ ਪੰਜਾਬਾਂ ਦੀ ਕਿਸਾਨ ਜੀ ਕੜੀ ਹੈ ਇਹ ਤੋਪ। ਇਸ ਤੋਪ ਦਾ ਆਪਣਾ ਇੱਕ ਸ਼ਾਨਾ ਮੱਤਾ ਇਤਿਹਾਸ ਹੈ। ਕਿਤੇ ਇਹ ਤੋਪ ਅਬਦਾਲੀ ਦੇ ਹੱਥ ਵਸ ਰਹੀ, ਕਿਤੇ ਇਸ ਤੋਪ ਨੇ ਭੰਗੀਆਂ ਦਾ ਵੀ ਜਿਹੜਾ ਸਰੋਕਾਰ ਸੀ ਲੋਕਾਂ ਦੇ ਅੰਦਰ ਸਥਾਪਿਤ ਕੀਤਾ, ਕਦੇ ਤੋਪ ਚੱਠਿਆਂ ਦੇ ਕੋਲ ਵੀ ਪਹੁੰਚੀ, ਤੇ ਕਦੇ ਤੋਪ ਸ਼ੇਰੇ ਪੰਜਾਬ ਦੀਆਂ ਮੁਹਿੰਮਾਂ ਦੀ ਵੀ ਸ਼ਾਨ ਬਣਦੀ ਰਹੀ ਹੈ। ਅੱਜ ਵੀ ਇਹ ਆਪਣੀ ਸ਼ਾਨ ਨੂੰ ਉਸੇ ਤਰ੍ਹਾਂ ਬਰਕਰਾਰ ਰੱਖੇ ਹੋਏ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।